ਬਾਬਾ ਜੀ ਆ ਨੋਟਿਸ ਭੇਜਿਆ ਪ੍ਰਸ਼ਾਸਨ ਨੇ ਕਹਿੰਦੇ ਵੀ ਕੱਲ ਨੂੰ 11 ਤਰੀਕ ਨੂੰ 9 ਵਜੇ ਸਦਰ ਥਾਣੇ ਚਾਓ ਅੱਜ ਆਈ ਸੀ ਪੁਲਿਸ ਕਰਿਆ ਲਾ ਕੇ ਗਏ ਨੇ ਉੱਥੇ ਘਰ ਦੇ ਬਾਹਰ ਕਿਵੇਂ ਆ ਜਾਈਏ ਬਾਬਾ ਜੀ ਮੈਂ ਪ੍ਰਸ਼ਾਸਨ ਇੱਥੇ ਧਰਨਾ ਚੱਲ ਰਿਹਾ ਆ ਅੱਜ ਰੇਲ ਰੋਕੋ ਦਾ ਪ੍ਰੋਗਰਾਮ ਆ ਕੱਲ ਨੂੰ ਹੋਰ ਪ੍ਰੋਗਰਾਮ ਵੀ ਦੇਣੇ ਨੇ ਅੱਗੇ ਤੁਸੀਂ ਸਾਨੂੰ ਬੁਲਾਈ ਜਾਂਦੇ ਹੋ ਵੀ ਤੁਸੀਂ ਥਾਣੇ ਚਾ ਜਾਓ ਬਾਬਾ ਜੀ ਇੰਨੇ ਵੱਡੇ ਵੱਡੇ ਦਬੈਰੀਗੇਡ ਲਾਏ ਹੋਏ ਨੇ ਖੋਲਦੇ ਤਾਂ ਹੈਗੇ ਨੇ ਤੁਸੀਂ ਜਦੋਂ ਅਸੀਂ ਖੋਲਦੇ ਆ ਤੁਸੀਂ ਫਿਰ ਗੋਲੀਆਂ ਮਾਰਦੇ ਹੋ ਸਾਡੇ ਆਈਏ ਕੀ ਮੈਂ ਸਾਨੂੰ ਦੱਸੋ ਤਾਂ ਆਈਏ ਕਿਹੜੇ ਰਾਹ ਨੂੰ ਆਈਏ ਤੁਸੀਂ ਨੋਟਿਸ ਲਾਈ ਜਾਂਦੇ ਹੋ ਘਰਦੇ ਨੇ ਦੁਖੀ ਕਰੀ ਜਾਂਦੇ ਹੋ ਨਵੇੜ ਲਾਂਗੇ ਬਾਬਾ ਜੀ ਇੱਕੇ ਵਾਰ ਇਕੱਠੇ ਨਵੇੜ ਲਾਂਗੇ ਆਣਾ ਤਾਂ ਹੈਗਾ ਹੀ ਆ ਸਾਰੇ ਪਰਚੇ ਇਕੱਠੇ ਪਾ ਲਿਓ ਜਿਹੜੇ ਪਾਣੇ ਨੇ ਆ ਨੋਟਿਸ ਲਾਈ ਜਾਂਦੇ ਹੋ ਅੱਜ ਫਿਰ ਤੁਸੀਂ ਘਰੇ ਆਏ ਹੋ ਇਨੀ ਫੋਰਸ ਲੈ ਕੇ ਇੱਥੇ ਬਜ਼ੁਰਗਾਂ ਦੀ ਸੇਵਾ ਕਰਨੀ ਆ ਲੰਗਰ ਪਾਣੀ ਚ ਵੀ ਸੇਵਾ ਕਰਨੀ ਆ ਬਾਬਾ ਜੀ ਹੈਗਾ ਨਹੀਂ ਟਾਈਮ ਅਜੇ ਠੀਕ ਹੈ ਤੇ ਅੰਦੋਲਨ ਬਹੁਤ ਵੱਡਾ ਆ ਇਹ ਫਤਿਹ ਕਰਨਾ ਆਪਾਂ ਨੇ ਫਿਰ ਮਿਲਾਂਗੇ ਪਰ ਇੰਨੀ ਗਾਲੀ ਨਾ ਕਰੋ ਕੋਈ ਟਾਈਮ ਹੈਗਾ ਜੇ ਮਿਲਾਂਗੇ ਬਾਬਾ ਜੀ ਪ੍ਰਸ਼ਾਸਨ ਨੂੰ ਕਹਿੰਦੇ ਆ ਸਾਸਰੀ ਗਾਲ ਜੀ ਸੱਤ ਸਗਲ ਦੋਸਤੋ ਕਿਸਾਨੀ ਸੰਘਰਸ਼ ਦੇ ਵਿੱਚ ਡਟੇ ਕਿਸਾਨਾਂ ਨੂੰ ਨੌਜਵਾਨਾਂ ਨੂੰ ਜੋ ਕਿ ਹਰਿਆਣਾ ਦੇ ਨਾਲ ਸੰਬੰਧਤ ਹਨ ਹਰਿਆਣਾ ਪੁਲਿਸ ਵੱਲੋਂ ਵੱਡੀ ਕਾਰਵਾਈ ਦੀਆਂ ਧਮਕੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਹਨ ਜਿਸ ਦਾ ਖੁਲਾਸਾ ਕੀਤਾ ਨਵਦੀਪ ਸਿੰਘ ਜਿਨ੍ਹਾਂ ਨੂੰ ਕਿ ਤੁਸੀਂ వాਟਰ ਕੈਨਨ ਵਾਲੇ ਨੌਜਵਾਨ ਦੇ ਨਾਮ ਦੇ ਨਾਲ ਵੀ ਜਾਣਦੇ ਉਹਨਾਂ ਨੇ ਤੇ ਉੱਥੇ ਹੀ ਇੱਕ ਨੌਜਵਾਨ ਜਿਸ ਦੇ ਨਾਲ ਪਹਿਲਾਂ ਵੀ ਤੁਹਾਡੇ ਸਾਹਮਣੇ ਗੱਲਬਾਤ ਰੱਖੀ ਸੀ ਸੰਭੂ ਬਾਰਡਰ ਤੋਂ ਉਹ ਇਸ ਮੌਕੇ ਕੁਝ ਮੁੱਦਿਆਂ ਤੇ ਕਾਫੀ ਗੁੱਸੇ ਦੇ ਵਿੱਚ ਆ ਗਿਆ ਦਿਸ ਨੇ ਕਿ ਖੁਲਾਸੇ ਕੀਤੇ ਹਨ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਤੇ ਜੋ ਹਰਿਆਣਾ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਨੌਜਵਾਨਾਂ ਤੇ ਕਾਰਵਾਈ ਦੀ ਧਮਕੀਆ ਦਿੱਤੀਆਂ ਜਾ ਰਹੀਆਂ ਹਨ ਕਿ ਤੁਸੀਂ ਉਸ ਨੂੰ ਸਹੀ ਮੰਨਦੇ ਹੋ ਜਾਂ ਫਿਰ ਗਲਤ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਆਓ ਦੇਖੋ ਇਹ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਰੀਗਾਲ ਪੰਜਾਬੀਓ ਆਸ ਕਰਦਾ ਆਂ ਕਿ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਪੰਜਾਬੀਓ ਆਪਣਾ ਖੂਨ ਚਿੱਟਾ ਹੋ ਗਿਆ ਆਪਣਾ ਖੂਨ ਲੱਗਦਾ ਚਿੱਟਾ ਹੋ ਗਿਆ ਆਪਾਂ ਸੱਚ ਨੂੰ ਸੁਣਨਾ ਮਨਜ਼ੂਰ ਨਹੀਂ ਕਰ ਰਹੇ ਜੇ ਕੋਈ ਬੰਦਾ ਸੱਚਾ ਵੀਡੀਓ ਪਾਉਂਦਾ ਉਹਦੀ ਵੀਡੀਓ ਨੂੰ ਕੋਈ ਛੇੜ ਨਹੀਂ ਚੈੱਕ ਕਰਦਾ ਹੈਗਾ ਆਪਣੇ ਲੋਕਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਐ 4-5 ਦਿਨ ਹੋ ਗਏ ਮੈਨੂੰ ਦੇਖਦੇ ਨੂੰ ਮੈਂ ਕਹਿੰਦਾ ਐਡੇ ਬੜੇ ਬੜੇ ਬੁੱਧੀਜੀਵੀਆ ਨੂੰ ਕਿਨੂੰ ਮੈਂ ਫੋਨ ਨਹੀਂ ਕਰਿਆ ਹੈਗਾ ਉਹਨਾਂ ਲੋਕਾਂ ਨੂੰ ਮੈਂ ਪੜਤਾਲ ਕਰਨੀ ਚਾਹੁੰਦਾ ਵੀ ਆਪਣੇ ਪੰਜਾਬ ਵਿੱਚ ਮੈਨੂੰ ਐਂ ਦੱਸ ਦੋ ਵੀ ਜਿਹੜਾ ਸੱਚਾ ਪੱਕਾ ਬੰਦਾ ਹੈ ਕੌਣ ਹੈ ਕਿਉਂਕਿ ਲੋਕਾਂ ਨੇ ਮਕੋਟੇ ਪਾਏ ਬੇ ਮੂਹਰੇ ਇੱਕ ਨੇ ਉੱਪਰ ਮੂੰਹ ਬਤੇ ਸੱਚੇ ਐ ਤੇ ਦਿਲ ਵਿੱਚ ਕਾਲੇ ਅੰਦਰ ਤੇ ਯਾਸੀਆਂ ਦੇ ਥੱਲੇ ਲੱਗੇਵੇਂ ਬੀਕੇ ਬੇ ਬਕਾਊ ਲੋਕ ਆ ਬੜੇ ਜਾਰਾ ਤਰਾ ਮੈਨੂੰ ਨਹੀਂ ਸਮਝ ਲੱਗਦੀ ਮੈਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਉਹ ਸੱਚੇ ਪਰਮ ਪਿਤਾ ਅੱਗੇ ਜਿਹੜਾ ਦਸ਼ਮੇਸ਼ ਪਿਤਾ ਸਾਡਾ ਕਣਗੀ ਵਾਲਾ ਬਾਜਾਂ ਵਾਲਾ ਪਿਤਾ ਨਾ ਸਾਡਾ ਉਦੇ ਅੱਗੇ ਚਾਨਾਂ ਦੇ ਉਹਦੇ ਚਾਨਾਂ ਮ ਦੋਏ ਹੱਥ ਜੋੜ ਕੇ ਨਮਸਕਾਰ ਕਰਦਾ ਵੀ ਪ੍ਰਮਾਤਮਾ ਜੀ ਸਾਡੇ ਇਹਨੂੰ ਪੰਜਾਬ ਨੂੰ ਬਚਾ ਲਓ ਕਿਉਂਕਿ ਅਸੀਂ ਉਸ ਬਾਪੂ ਦੇ ਜાયੇ ਆ ਜੀਨੇ ਮੈਂ ਕਹਿੰਨਾ ਆਪਣੇ ਕੋਮ ਕੋਮ ਪਿੱਛੇ ਟੱਬਰ ਬਾਰਤਾ ਦਾ ਛੋਟੇ ਛੋਟੇ ਨਿਆਣੇ ਨਿਆਮਤ ਚਣਵਾ ਕੇ ਸ਼ਹੀਦ ਕਰੇ ਗਏ ਤੇ ਪਰ ਉਹ ਮੈਂ ਕਹਿੰਨਾ ਵੀ ਬਾਪ ਕਣਗੀਆਂ ਵਾਲਾ ਡੋਲਿਆ ਨਹੀਂਦਾ ਹੈਗਾ ਮਾਚੂ ਵਾੜੇ ਨੇ ਜੰਗਲਾਂ ਵਿੱਚ ਦੋ ਪੁੱਤ ਚਮਕੌਰ ਦੀ ਗੜੀ ਵਾਂ ਵਾਰੇ ਜਿਨ੍ਹਾਂ ਸਵਾ ਸਵਾ ਲੱਖ ਦਾ ਮੁਕਾਬਲਾ ਕਰਿਆ ਦਾ ਤੇ ਦੋ ਛੋੜੇ ਛੋੜੇ ਜਿਹੜੇ ਉੱਥੇ ਆਪਣਾ ਸਰੰਦ ਨੀਆਮਾ ਚਿਣ ਕੇ ਸਹੀਦ ਕਰੇ ਗਏ ਤੇ ਉਹਨਾਂ ਨੂੰ ਕਦੇ ਨਹੀਂ ਦਾ ਪਤਾ ਉਹਨਾਂ ਨੂੰ ਮਨੂੰ ਆਏ ਦੱਸੋ ਪਤਾ ਕਦਾ ਨਹੀਂ ਦਾ ਉਹਨਾਂ ਨੂੰ ਤਾਂ ਪਹਿਲੀ ਪਤਾ ਲੱਗਿਆ ਦਾ ਜਦ ਮਾਤਾ ਨੇ ਬੱਚਿਆਂ ਦੀ ਨੇ ਕਿਹਾ ਦਾ ਬਈ ਮੁੰਡੇ ਆਪਣੇ ਵਿਆਹਣੇ ਯੋਗੇ ਹੋਗੇ ਉਹਨੇ ਨੇ ਕਿਹਾ ਦਾ ਬਈ ਦੋ ਲਾਲ ਤੇਰੇ ਚਮਕੌਰ ਦੀ ਗੜੀ ਵਾਂ ਤੇ ਦੋ ਉੱਥੇ ਸਰੰਦ ਇਹਦਾ ਮੰਗ ਚੁੱਕੇ ਐ ਇਹਨਾਂ ਦੀਆਂ ਨਾ ਡੋਰੀਆਂ ਉੱਠਣੀਆਂ ਹੁਣ ਹੁਣ ਮਨੂੰ ਆਏ ਦੱਸੋ ਵੀ ਉਸ ਬਾਪੂ ਦੇ ਜਾਏ ਆਪਾਂ ਇੰਨੀਆਂ ਕਰਵਾਈਆਂ ਕੁਰਬਾਨੀਆਂ ਨੂੰ ਭਲਾ ਕੇ ਇੱਕ ਦੋ ਚਾਰ ਸਿੱਕੇਆਂ ਖਾਤਰ ਬਿਕੇ ਮੈਂ ਬਕਾਊ ਲੋਕ ਬਣ ਗਏ ਜੇ ਕੋਈ ਸੱਚ ਬੋਲਦਾ ਏ ਉਹਦੇ ਮੈਂ ਕਹਿੰਦਾ ਤੁਸੀਂ ਲੱਟਾ ਖਿੱਚਦੇ ਬੋਲਦੇ ਕਦੀ ਧਮਕੀਆਂ ਦਿੰਦੇ ਐ ਮਨੂੰ ਤਾਂ ਪਤਾ ਨਹੀਂ ਵੀ ਫੇਸਬੁੱਕ ਵਾਲੇ ਕੌਣੇ ਅਧਿਕਾਰੀਆਂ ਨੂੰ ਵੀ ਬੇਨਤੀ ਕਰਦਾ ਵੀ ਜੇ ਕੋਈ ਮਾੜਾ ਮੋੜਾ ਸੱਚ ਬੋਲਦਾ ਏ ਉਹ ਉਹਦਾ ਪੇਜ ਨੂੰ ਤਾਂ ਜਰਲੇ ਕਰੋ ਇਹ ਵੀ ਤੁਸੀਂ ਮੰਨ ਕਰ ਚੁੱਕਿਆ ਯਾਰ ਚਾਰ ਦਿਨ ਮੇਰੀ ਆਈਡੀ ਬੰਦ ਰਹੀ ਹੈ ਹੁਣ ਮੈਨੂੰ ਐਂ ਦੱਸੋ ਵੀ ਮਾੜਾ ਮੋਡਾ ਬੰਦਾ ਗਲਤੀ ਕਰ ਸਕਦਾ ਆਪਣੇ ਹੱਕਾਂ ਪੱਤੇ ਬੋਲ ਤਾਂ ਸਕਦਾ ਏ ਉਹ ਕਹਿੰਦੇ ਫਰੀ ਫ੍ਰੀडम ਆਫ ਸਪੀਚ ਬਈ ਤੁਹਾਨੂੰ ਬੋਲਣ ਦਾ ਅਧਿਕਾਰ ਹੈ ਆਪਣੇ ਦੇ ਦਦਾ ਸਵਧਾਨ ਕਹਿੰਦਾ ਏ ਉਹ ਜੇ ਭਾਈ ਬੋਲਣ ਦਾ ਅਧਿਕਾਰ ਹੈ ਅਸੀਂ ਕਿਸੇ ਨੂੰ ਗਾਲਾਂ ਦਾ ਕਰਦੇ ਨਹੀਂ ਹੈਗੇ ਉਹ ਆਪਣੇ ਪੰਜਾਬੀਆਂ ਨੂੰ ਜੇ ਕੋਈ ਸੇਧ ਦੇਣ ਦੀ ਸੱਚੀ ਗੱਲ ਕਹਿ ਤੀ ਫਿਰ ਕਿਉਂ ਕਿਸਰੇ ਗੋਡੇ ਕਿੱਥੇ ਵੱਜਦੀ ਹੈ ਐਜੀ ਸਾੜੇ ਪੰਜਾਬੀ ਐ ਜਿਹੜੇ ਸੱਚ ਨੂੰ ਤਾਂ ਸਬਕਾਰ ਨਹੀਂ ਕਰਦੇ ਲੋਚੀਆਂ ਕੜੁਚੀਆਂ ਬੀੜੀਆਂ ਨੂੰ ਮੈਂ ਕਹਿੰਦਾ ਪਜਾਰਨੇ ਮਿਲੀਅਨਾਂ ਵਿੱਚ ਉਹ ਕਿਉਂ ਤੜੀਆਂ ਗੈਰਤਾ ਮਰ ਗਈਆਂ ਆਪਣਾ ਤਾਂ ਪ੍ਰਵਾਸ ਹੋ ਗਿਆ ਪ੍ਰਵਾਸ ਭਈਆਂ ਨੇ ਇਕੱਠੇ ਹੋ ਕੇ ਆਪਣਾ ਸੋਟੇ ਮਾਰਨੇ ਜੇ ਹੁਣ ਵੀ ਅੱਪਾ ਇਕੱਠੇ ਨਾ ਹੋਏ ਤਾਂ ਕੋਈ ਫਾਇਦਾ ਨਹੀਂ ਆਪਣੀ ਆਪਣੀ ਬੰਸਰੀ ਵਜਾਉਣੇ ਦਾ ਉਹ ਚੰਦ ਸਿੱਕਿਆਂ ਖਾਤਰ ਅੱਪਾ ਆਪਣੀਆਂ ਜ਼ਮੀਰਾਂ ਵੇਚ ਕੇ ਮਾਰ ਕੇ ਮੈਨੂੰ ਐਂ ਦੱਸੋ ਵੀ ਰੱਬ ਨੂੰ ਵੀ ਕੋਈ ਜਵਾਬ ਦੇਣਾ ਐ ਇਹ ਤਾਂ دنیਆਵੀ ਚੀਜ਼ਾਂ ਐ ਬੰਦੇ ਦੇ ਪੈਸੇ ਦੀ ਭੁੱਖ ਕਦੇ ਨਹੀਂ ਪੂਰੀ ਹੋਏ ਕਰਦੀ ਜੇ ਹੁਣ ਵੀ ਕੁਝ ਚਾਹੁੰਦੇ ਨਾ ਆਪਣੇ ਪੰਜਾਬ ਦਾ ਪਰ ਆਉਣੇ ਵਾਲੀਆਂ ਨਸਲਾਂ ਨੂੰ ਬਚਾਉਣਾ ਚਾਹੁੰਦੇ ਆ ਤਾਂ ਇਕੱਠੇ ਹੋ ਜੋ ਉਹ ਸਾਡਾ ਦੀਪ ਸਿੱਧੂ ਵੀਰ ਉਹ ਦੱਸ ਕੇ ਗਿਆ ਨਾ ਵੀ ਹੋਂਦ ਦੀ ਲੜਾਈ ਐ ਕਹਿੰਦਾ ਨਸਲਾਂ ਦੀ ਨਹੀਂ ਨਾ ਸੌਰੀ ਫਸਲਾਂ ਦੀ ਨਹੀਂ ਨਸਲਾਂ ਦੀ ਲੜਾਈ ਐ ਹੁਣ ਮੈਨੂੰ ਐਂ ਦੱਸੋ ਵੀ ਇਹ ਕਿਹੜੇ ਬੁੱਧੀਜੀਵ ਦੀ ਨਾਲ ਸਾਨੂੰ ਗੱਲਾਂ ਦੱਸੀ ਜਾਂਦੀਆਂ ਉਹ ਜਿਹੜੇ ਦੀਪ ਦੇ ਨਾਲ ਰਹੇ ਬੇ ਉਹ ਵੀ ਮੈਂ ਕਹਿੰਦਾ ਵਿਊ ਲੈਣ ਦੇ ਚੰਦ ਸਿੱਕਿਆ ਖਤਰੋ ਗੱਲਾਂ ਕਰਨ ਲੱਗੇ ਬੇ ਬੰਦੇ ਸਾਰੇ ਮੈਂ ਕਹਿੰਦਾ ਵੀ ਸਾੜੇ ਕੋਮ ਨੂੰ ਨਿਘਾਰਨੇ ਪਰ ਲੱਗੇ ਪਏ ਆ ਉਹ ਪੰਜਾਬੀਓ ਉਹ ਪੰਜਾਬੀਓ ਜਾਗ ਜਾਓ ਜਾਗ ਜਾਓ ਜਾਗ ਜਾਓ ਤੇ ਮੈਂ ਆਪਣੇ ਦੇ ਦੇ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕਰਦਾ ਵੀ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਉਹ ਇੱਕ ਕਿਸੇ ਧਰਮਦਾਰੀ ਹੁੰਦਾ ਜਾਤ ਦਾ ਨਹੀਂ ਹੁੰਦਾ ਇੱਕ ਕਿਸੇ ਸੂਬੇ ਦਾ ਨਹੀਂ ਹੁੰਦਾ ਪ੍ਰਧਾਨ ਮੰਤਰੀ ਹੁੰਦਾ ਸਾਰਿਆਂ ਨੂੰ ਜਿਹੜਾ ਬਰਾਬਰ ਅਧਿਕਾਰ ਦੇਵੇ ਸਾਰੇ ਮੁਸਲਮਾਨ ਭਾਈਚਾਰੇ ਦੀ ਇੱਕ ਵੀਡੀਓ ਵਾਇਰਲ ਹੋਈ ਯਾ ਨਮਾਜ਼ ਪੜ ਰਿਹਾ ਇੱਕ Hindu ਬੰਦਾ ਉਹਦੇ ਮਾਰਨ ਲੱਗਿਆ ਬਾ ਥਰਡੇ ਉਹ ਥੱਡ ਮਾਰਨ ਲੱਗਿਆ ਮੈਨੂੰ ਐਂ ਦੱਸੋ ਵੀ ਸਾਡੇ ਆਪਣੀ ਦੇਸ਼ ਵਿੱਚ ਯਾਰ ਘੱਟ ਗਿਣਤੀਆਂ ਨੇ ਇੰਨਾ ਤੱਕਾ ਹੋਊਗਾ ਅਸੀਂ ਜਾਊਂਗਾ ਕਿੱਥੇ ਜੇ ਅਸੀਂ ਕੋਈ ਮਾੜੀ ਮੋਟੀ ਵੀ ਸੱਚੀ ਆਪਣੇ ਅਧਿਕਾਰਾਂ ਦੀ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਦਿੰਨੇ ਫੇਰ ਅਸੀਂ ਬਣ ਜੰਨੇ ਅੱਤਵਾਦੀ ਜੇ ਕਹਦੇ ਬਾਰਡਰਾਂ 'ਵਾਂ ਕੋਈ ਸੱਚੀ ਗੱਲ ਲੇ ਗਈ ਧਰਨਾ ਲਾਦਾ ਫਿਰ ਕਹਿੰਦੇ ਇਹ ਖਾਲਸਤਾਨੀ ਆ ਗਏ ਇਹ ਅੱਤਵਾਦੀ ਆ ਗਏ ਇਹਨਾਂ ਦੇ ਗੋਲੀਆਂ ਮਾਰੋ ਇਹਨਾਂ ਭਾਈ ਨੀਸੇ ਲਾ ਦੋ ਉਹ ਮੈਨੂੰ ਆਏ ਦੱਸੋ ਵੀ ਅਸੀਂ ਕਰੀਏ ਨਾ ਕਰੀਏ ਕਿਹਾ ਰੈਲੀ ਕੁੰਦੀ ਸਾਡੇ ਪੰਜਾਬੀਆਂ ਆ ਗੈਰਤ ਮੁੱਕ ਗਈ ਆ ਮਰ ਗਏ ਪਰ ਨਵੇਂ ਸਲੇ ਹੋ ਗਏ ਉਹ ਜਿਹੜੇ ਸੱਚਾਈ ਨੂੰ ਸੁਣਨਾ ਬਰਦਾਸ਼ਤੇ ਨਹੀਂ ਕਰਦੇ ਹੈਗੇ ਯਾਰ ਉਹ ਸੱਚੇ ਬੰਦੇ ਦੀ ਸਪੋਰਟ ਤਾਂ ਕਰਦੇ ਕਰੋ ਕਾਪਾ ਇੱਕ ਦੂਰੇ ਬਾਬਾ ਲੱਤਾਂ ਖਿੱਚਣੇ ਜੋਗੀ ਰਹਿ ਗਏ ਉਹ ਪੰਜਾਬ ਵਿੱਚ ਹੜ੍ਹ ਆਏ ਡੁੱਬੇ ਮਰੇ ਆਪਾਂ ਆਪਰੇ ਪੰਜਾਬ ਪਰ ਕਿੰਨਾ ਕਰਜ਼ਾ ਏ ਜੇ ਰਾਜਸਥਾਨ ਅਪਰੋਂ ਪਾਣੀ ਦੇ ਪੈਸੇ ਦੇ ਦੇਵੇ ਨਾ ਤਾਂ ਇਹ ਆਪਣੇ ਪੰਜਾਬ ਦਾ 1 ਰੁਪਏ ਦਾ ਕਰਜ਼ਾ ਨਾ ਰਹੇ ਉਹ ਸਚਾਈ ਨੂੰ ਬਰਦਾਸ਼ਤ ਕਰਨਾ ਸਿੱਖ ਲੋ ਜਿਹੜਾ ਰੌਣਤਾ ਉਹਨੇ ਕਾਲ ਨੂੰ ਬੰਨਿਆ ਤਾਂ ਪਾਵੇ ਨਾਲ ਜਿਹੜਾ ਸਿਕੰਦਰ ਤਾਂ ਉਹਨੇ ਜਿੱਤੀ ਬਿਤੀ ਦੁਨੀਆ ਜਾਂ ਉੱਪਰ ਨੂੰ ਗਏ ਨਾ ਉਹ ਪ੍ਰਮਾਤਮਾ ਦੀ ਦਰਗਾਹ ਨੂੰ ਤੁਰੇ ਉਹ ਖਾਲੀ ਆਤ ਹੈ ਇੱਕ ਕਫਨ ਲੈ ਕੇ ਗਏ ਆਂ 2 ਮੀਟਰ ਦਾ ਤੁਸੀਂ ਕੀ ਲੈ ਜੂਗਾ ਇਹ ਉਹ ਤੁਸੀਂ ਕੁਝ ਨਹੀਂ ਲੈ ਜਾਣਾ ਹੈਗਾ ਉਰਤੇ ਅਰਦਾਸ ਕਰਨੇ ਨੂੰ ਨਾ ਜਿਕੜਾ ਆਪਣੇ ਪੰਜਾਬੀ ਸਿੱਖ ਕੌਮ ਵਿੱਚ ਇੱਕ ਅਰਦਾਸ ਹੁੰਦੀ ਹੈ ਜੇ ਬੰਦਾ ਮਰਦਾ ਏ ਉਹ ਬੰਦੇ ਨਹੀਂ ਮਿਲਦੇ ਅਰਦਾਸ ਕਰਨੇ ਨੂੰ ਥੋੜੇ ਵਰਗਿਆਂ ਨੂੰ ਜਿਹੜੇ ਹੁਣ ਦੋ ਸਿੱਕੇ ਖਤਰ ਵਿਕੇ ਬਕਾਏ ਪਏ ਆ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਏ ਵੀ ਆਪਣੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਹੁਣ ਵੀ ਕੁਝ ਨਹੀਂ ਵਿਗੜਿਆ ਜੇ ਇਕੱਠੇ ਹੋਵਾਂਗੇ ਤਾਂ ਕੁਝ ਬਣਨਾ ਹੈ ਆਪਣੀ ਆਪਣੀ ਬਾਂਸਰੀ ਵਜਾਉਣ ਦਾ ਕੋਈ ਫਾਇਦਾ ਨਹੀਂ ਜੇ ਕੋਈ ਸੱਚਾ ਪੱਕੀ ਗੱਲ ਕਰਦਾ ਹੁੰਦਾ ਉਹਦੀਆਂ ਲੱਤਾਂ ਨਾ ਖਿੱਚੇ ਕਰੋ ਉਹ ਬੰਦੇ ਦਾ ਸਾਥ ਦੇਦੇ ਰਹੋ ਭਾਈ ਅਮਰਤਪਾਲ ਸਿੰਘ ਨੇ ਸੱਚ ਦੀ ਗੱਲ ਕਰੀ ਦੀ ਮੈਂ ਕਹਿੰਦਾ ਉਹਨੂੰ ਐ ਹਵਾ ਬਣਾਇਆ ਵਾ ਤਾਂ ਲੋਕ ਕਹਿੰਦੇ ਬਾਈ ਤੇਰੇ ਨਾਲੇ ਚੱਕ ਦੂਗੇ ਰੱਖ ਦੂਗੇ ਬਾਅਦ ਵਿੱਚ ਕਿੱਥੇ ਗਏ ਉਹ ਜਿਹੜੇ ਹੁਣ ਅਮਰਤਪਾਲ ਦਾ ਹੀ ਮੈਂ ਕਹਿੰਦਾ ਹੱਕ ਵਿੱਚ ਖਲੋਣ ਲੱਗੇ ਮੈਂ ਵੀ ਇਹ ਸਰਕਾਰ ਗਲਤ ਕਰ ਗਈ ਐ ਐ ਕਰਕੇ ਉਹ ਸੰਝ ਨੂੰ ਕਮਲ ਦੇ ਫੁੱਲ ਨਾਲ ਜਾ ਖੜਦੇ ਮੰਨੂ ਨਹੀਂ ਸਮਝ ਆਉਂਦੀ ਵੀ ਅਸੀਂ ਕੀ ਬਾਹ ਭਰੋਸਾ ਕਰੀਏ ਕੀ ਬਾਹ ਨਾ ਕਰੀਏ ਮੈਂ ਆਪਣੇ ਪੰਜਾਬ ਦੇ ਬੁੱਧੀਜੀਵੀ ਵਰਗ ਨੂੰ ਵੀ ਕਹਿਣਾ ਆਪਣੀ ਸਿੱਖ ਕੌਮ ਨੂੰ ਦੁਬਦਾ ਵਿਦੈ ਕੱਢ ਦੋ ਜੇ ਤੁਸੀਂ ਪੜ੍ਹੇ ਲਿਖੇ ਕੋਈ ਚੱਜਰੇ ਬਿਆਨ ਦੇ ਲੈ ਕਰੋ ਤੇ ਮੈਂ ਬੜੀ ਗਵਰਨਮੈਂਟ ਨੂੰ ਬੇਨਤੀ ਕਰਦਾ ਵੀ ਬੜੇ ਬੜੇ ਹਾਈਵੇ ਬਣਨ ਲੱਗੇ ਆਪਣੇ ਪੰਜਾਬ ਵਿੱਚ ਉਹਨਾਂ ਨੂੰ ਨਾ ਤਾਂ ਕਿਸੇ ਨੇ ਪਾਣੀ ਦੀ ਨਿਕਾਸੀ ਦਿੱਤੀ ਵੀ ਹੈ ਸਾਡੇ ਵਰਗੇ ਨੂੰ ਤਾਂ ਉਹ ਰੋੜਾਂ 'ਤੇ ਚੜ੍ਹਨੇ ਦਾ ਸਾੜੇ ਲਾਗ ਬਣਿਆ ਨੈਸ਼ਨਲ ਹਾਈਵੇ ਬੱਦੀ ਨੂੰ ਜਾਣਾ ਕਹਿੰਦੇ ਪਿੱਛਾਂ ਪਤਾ ਨਹੀਂ ਕਿੱਥੇ ਦੇ ਆਇਆ ਇੱਕ ਬੰਦੇ ਨੇ ਕਿਲਾ ਇੱਧਰ ਰਹਿ ਗਿਆ ਕਿਲੇ ਹੀ ਉਹਦਾ ਪਰੇ ਐ 2-3 ਕਿਲੋਮੀਟਰ ਬਾਅਦ ਪਰੇ ਐ ਰਸਤਾ ਜਿੱਥੇ ਨੂੰ ਘੁੰਮ ਕੇ ਆਉਣਾ ਮੈਨੂੰ ਐਂ ਦੱਸੋ ਕਿਲੇ ਵਾਲਾ ਬੰਦਾ 2-3 ਕਿਲੋਮੀਟਰ ਨੂੰ ਘੁੰਮ ਕੇ ਆਉਂਗਾ ਜੇ ਨਾ ਕਿਹੜੇ ਦਾ ਨਕਾ ਮੋੜਦਾ ਕੱਟ ਦਿੱਤਾ ਵਾ ਕਹਿੰਦੇ 10-12 ਕਿਲੋਮੀਟਰ ਬਾਅਦ ਹੁਣ ਮੈਨੂੰ ਐਂ ਦੱਸੋ ਜੇ ਮੇਰੇ ਵਰਗਾ ਗਰੀਬ ਬੰਦਾ ਰੋਡ ਦੇ ਉੱਪਰ ਚੜੂਗਾ 700 ਰੁਪਏ ਦਾ ਢੇਡਾ ਲਾਉਣ ਜਾਂਦਾ ਏ ਉਹ 18 ਕਿਲੋਮੀਟਰ ਬਾਅਦ ਕੱਟ ਬਾਅਦ ਘੁੰਮ ਕੇ ਆਉਂਗਾ ਅੱਪਾ ਨੂੰ ਤਾਂ ਪੰਜਾਬੀਓ ਚੜ੍ਹਦੇ ਨਹੀਂ ਥੌਰਟੀ ਨਹੀਂ ਨਾ ਰੋੜਾ ਬਾ ਇੱਥਾ ਹੁਣ ਵੀ ਕਟੇ ਹੋ ਕੇ ਨਾ ਬੋਲੇ ਮੈਨੂੰ ਐਂ ਦੱਸੋ ਆਪਣੇ ਹੱਲੇ ਬੱਲੇ ਰਹਿਆ ਵਾ ਕੀ ਆਏ ਅੱਪਰੂ ਪੁੱਛਣਾ ਕੌਣ ਐ ਅੱਪਾ ਸਾਰੇ ਮੈਂ ਕਹਿੰਦਾ ਵੀ ਸਾਰੇ ਕਿਸਾਨਾਂ ਨੇ ਸਾਰੇ ਉਹਦਾ ਆਪਣਾ ਇੰਡੀਆ ਨਾਲ ਟਿੱਡ ਭਰਿਆ ਦਾ ਮੋਦੀ ਸਾਹਿਬ ਤੁਹਾਡੇ ਬੰਦੇ ਹਿੰਦੂ ਡਾਕਟਰ ਦੀਆਂ ਜਿਹੜੇ ਗੱਲਾਂ ਕਰਦੇ ਉਹਨਾਂ ਚੱਕ ਕੇ ਅੰਦਰ ਗੇਰੋ ਪੰਜੇ ਉਂਗਲੀਆਂ ਇੱਕਸਾਰ ਨਹੀਂ ਹੋਣੀਆਂ ਸਾਰੇ ਹਿੰਦੂਆਂ ਨੂੰ ਨਹੀਂ ਕਹਿੰਦਾ ਮੈਂ ਪਰ ਇੱਕ ਲਿਬੜੀ ਵੀ ਮੈਂ ਸਭ ਨੂੰ ਲਵੇੜ ਦਿੰਦੀ ਇਹ ਵੀ ਅਧਾਰਨ ਪੱਕੀ ਤੇ ਸੱਚੀ ਐ ਮੋਦੀ ਸਾਹਿਬ ਅਸੀਂ ਤੁਹਾਡੇ ਦੇ ਦੇ ਵਸਿੰਦੇ ਐ ਪੰਜਾਬ ਦੇ ਵਸਿੰਦੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਪ੍ਰਧਾਨ ਮੰਤਰੀ ਸਾਰੀਆਂ ਜਾਤਾਂ ਪੱਤਾਂ ਧਰਮਾਂ ਤੋਂ ਉੱਟ ਕੇ ਇੱਕ ਮਾਨਵਤਾ ਦੀ ਗੱਲ ਕਰੇ ਕਰਦਾ ਏ ਤੁਸੀਂ ਸਾਡੇ ਨਾਲ ਬਿਤਕਰਣਾ ਨਾ ਕਰੋ ਕਾਲੇ ਪਾਣੀ ਤੱਕ ਦੀਆਂ ਸਜ਼ਾਵਾਂ ਅਸੀਂ ਕੱਟ ਕੇ ਆਏ ਮੈਂ ਜਿੰਨਾ ਦੇ ਦੇ ਜਿਆਦੀ ਵੀ ਸਭ ਤੋਂ بڑا ਰੋਲ ਹੈ ਉਹ ਸਿੱਖਾਂ ਦਾ ਏ ਉਹਨੂੰ ਨਾ ਪੜਾਓ ਅਸੀਂ ਆਪਣੇ ਹੱਕ ਲੈਣੇ ਵੀ ਜਾਣਦੇ ਤੇ ਲਾਉਣੇ ਵੀ ਜਾਣਦੇ ਆਂ ਇਸ ਕਰਕੇ ਮੋਦੀ ਸਾਹਿਬ ਤੁਹਾਨੂੰ ਬੇਨਤੀ ਹੈਗਾ ਵੋਟਾਂ ਆ ਰਹੀਆਂ ਇਹ ਮੈਂ ਕਹਿੰਦਾ ਵੀ ਹੁਣ ਉੱਤੇ ਦੰਗਿਆਂ ਦੁਗਿਆਂ ਵਾਲੀ ਸਿੱਧੀ ਦੀ ਦਾ ਨਾਮ ਲੈ ਕੇ ਆਓ ਸਾਨੂੰ ਸਾਡੇ ਬਣਦੇ ਹੱਕ ਦੇ ਦਿਓ ਤੇ ਆਪਣੇ ਪੰਜਾਬੀਆਂ ਨੂੰ ਕਰਦਾ ਅਪੀਲ ਵੀ ਸਾਰੇ ਕੇਸਰੀ ਨਿਸ਼ਾਨ ਸਾਹਿਬ ਲੈ ਥੱਲੇ ਇਕੱਠੇ ਹੋ ਕੇ ਆਪਣੀਆਂ ਮੜੀਆਂ ਬਾਂਸਰੀਆਂ ਨੂੰ ਗੇੜ ਦੋ ਉਹਨੂੰ ਬਜਾਉਣੀਆਂ ਛੱਡ ਦੋ ਜੇ ਕੋਈ ਆਪਣੀ ਕੌਮ ਦਾ ਭਲਾ ਚਾਹੁੰਦੇ ਐ ਨਹੀਂ ਐ ਮੈਂ ਕਹਿੰਦਾ ਰੁਪਈਏ ਇਕੱਠੇ ਕਰਕੇ ਤੁਹਾਡੇ ਨਾਲ ਨਹੀਂ ਜਾਣੇ ਮਰੇ ਬੇਬਾ ਕੋਈ ਚਿੱਟੀ ਚਾਦਰ ਨਹੀਂ ਪਾਉਂਦਾ ਉਹ ਦੋ ਕਿੱਢ ਦਾ ਕੱਪੜੇ ਤੁਹਾਡੇ ਨਾਲ ਜਾਣਾ ਹੈ ਤੁਹਾਡੇ ਨਿਆਣੇ ਵੀ ਕੀ ਕਹੂਗੇ ਜਿਨ੍ਹਾਂ ਨੂੰ ਲਾਹਣ ਤਾਂ ਪੈਣੀਆਂ ਗਾਹਾਂ ਕੋਈ ਫਾਇਦਾ ਨਹੀਂ ਹੈਗਾ ਮਰਿਆਂ ਦੇ ਪੱਕਾ ਠਕ ਕਰਨੇ ਲੱਖਾਂ ਲੱਖਾਂ ਦਾ ਉੱਥੇ ਲਾਉਣੇ ਨਾਰੇ ਰਾਜ ਕਰੇਗਾ ਖਾਲਸਾ ਉਹ ਰਾਜ ਕਰੇਗਾ ਖਾਲਸਾ ਦਾ ਸਾਰੇ ਗੁਰੂਆਂ ਦਾ ਫਰਮਾਨ ਹੈ ਜੂੰਦੇ ਜੀਦੇ ਤੁਸੀਂ ਨਾਲ ਖੜਦੇ ਨਹੀਂ ਹੈਗੇ ਚੱਜਰੀ ਗੱਲ ਨੂੰ ਸੱਚੀ ਗੱਲ ਨੂੰ ਤੁਸੀਂ ਛੇਰ ਦਾ ਕਰਦੇ ਨਹੀਂ ਹੈਗੇ ਉੱਪਰ ਤੇ ਕਹਿੰਦੇ ਰਾਜ ਕਰੇਗਾ ਖਾਲਸਾ ਉਹ ਬੰਦਾ ਮਰ ਗਿਆ ਮਿੱਟੀ ਹੋ ਗਿਆ ਉਹ ਉੱਥੇ ਜਾ ਕੇ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਜੂੰਦੇ ਜੀ ਕਿਸਰੇ ਨਾਲ ਖੜੂੰਗਾ ਤਾਂ ਫਾਇਦਾ ਹੋਣਾ ਏ ਜਦ ਤੱਕ ਇਤਰੇ ਲੱਤਾ ਕਹਿੰਦੇ ਇਹ ਬੰਦਾ ਬਕਾਊ ਏ ਜੀ ਇਹ ਏਜੰਸੀਆਂ ਦਾ ਇਹ ਆਏ ਉਹ ਗੱਲ ਸੁਣੋ ਜਿਹੜਾ ਬੰਦਾ ਆਪਣੇ ਪੰਜਾਬ ਖਾਤਰ ਸੀਸ ਨੂੰ ਤਲੀ ਪਰ ਰੱਖ ਕੇ ਨਿਕਲਿਆ ਨਾ ਉਹ ਬੰਦੇ ਦਾ ਕੋਈ ਪਤਾ ਨਹੀਂ ਕਦ ਪਟਾਕਾ ਪੈ ਜਾਣਾ ਅੱਪਾ ਫਿਰ ਬਾਅਦ ਵਿੱਚ ਗੱਲਾਂ ਕਰਨੇ ਜੋਗੇ ਰਹਿ ਜਣੇ ਜੂੰਦੇ ਜੀ ਪੰਜਾਬੀਓ ਸਾਥ ਦੇ ਦੇ ਕਰੋ ਜੇ ਕੋਈ ਹੱਕਾਤ ਦੀ ਗੱਲ ਕਰਦਾ ਏ ਔਰ ਜਿਹੜੇ ਨਕਾਬ ਪੋ ਸਾੜੇ ਵਿੱਚ ਬੜੇ ਮੈਂ ਆਪਣੇ ਲੋਕ ਸਾੜੇ ਗਰਦਾਰੀ ਕਰਦੇ ਮੈਂ ਉਹਨਾਂ ਨੂੰ ਵੀ ਕਹਿੰਨਾ ਹੱਥ ਜੋੜ ਕੇ ਵੀ ਪ੍ਰਮਾਤਮਾ ਦੀ ਕੁਜਾਰੀ ਮੈਂ ਦੇ ਰਹੇ ਦੇ ਨਹੀਂ ਹੈਗਾ ਤੁਹਾਡੇ ਵੀ ਮੈਂ ਕਹਿੰਨਾ ਵੀ ਢੂਹੇ ਨਗੇ ਥੋੜੇ ਚਿਹਰ ਵਿਚੇ ਹੋ ਜਾਣੇ ਕੋਈ ਫਾਇਦਾ ਨਹੀਂ ਹੈਗਾ ਕੋਈ ਫਾਇਦਾ ਨਹੀਂ ਸਿੱਕਿਆਂ ਦਾ ਕੋਈ ਫਾਇਦਾ ਨਹੀਂ ਕੋਠੀਆਂ ਕਾਰਾਂ ਦਾ ਜੇ ਤਾ ਆਪਣੇ ਧਰਮ ਘਾਤ ਨਹੀਂ ਆਪਣੇ ਕੌਮ ਘਾਤ ਨਹੀਂ ਬੋਲ ਸਕੇ ਪੰਜਾਬੀਓ ਜਿਹੜੀ ਜਿਹੜੀ ਜ਼ਮੀਰ ਜਾਗਦੀ ਹੋਈ ਗੈਰਤਬੰਦ ਇਨਸਾਨ ਹੋਇਆ ਜੇ ਮੇਰੀਆਂ ਗੱਲਾਂ ਸੱਚੀਆਂ ਲੱਗੀਆਂ ਮੇਰੀ ਵੀਡੀਓ ਨੂੰ ਕਰ ਦਿਓ ਸ਼ੇਅਰ